ਨਹਿਰੀ ਵਿਭਾਗ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸੂਏ 'ਚ ਜਦੋਂ ਪਾਣੀ ਛੱਡਿਆ ਗਿਆ ਤਾਂ ਸਫਾਈ ਨਾ ਹੋਣ ਦੇ ਕਾਰਨ ਸੂਆ ਜੋ ਹੈ ਅਚਾਨਕ ਟੁੱਟ ਜਾਂਦਾ ਹੈ, ਜਿਸ ਤੋਂ ਬਾਅਦ ਕਿਸਾਨਾਂ ਦੀ ਕਈ ਏਕੜ ਫਸਲ ਦੇ ਵਿੱਚ ਪਾਣੀ ਭਰ ਜਾਂਦਾ ਹੈ। ਤਾਂ ਦੱਸ ਦਈਏ ਕਿ ਝੋਨੇ ਦੀ ਪਨੀਰੀ ਲਾਈ ਹੋਈ ਸੀ, ਸਾਰੀ ਪਨੀਰੀ ਬਰਬਾਦ ਹੋ ਗਈ ਹੈ ਅਤੇ ਪਾਣੀ ਜੋ ਹੈ ਉਹ ਹੁਣ ਪਿੰਡ ਦੇ ਵੱਲ ਵੱਧਦਾ ਜਾ ਰਿਹਾ। ਤਾਂ ਦੱਸ ਦਈਏ ਕਿ ਸੂਏ ਦੇ ਵਿੱਚ ਪਾੜ ਪਿਆ ਅਚਾਨਕ ਹੀ। ਮੌਕੇ ਦੇ ਉੱਤੇ ਮੌਜੂਦ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਵਿਭਾਗ ਦੇ ਉੱਤੇ ਕਿ ਜੇਕਰ ਇਸ ਸੂਏ ਦੀ ਸਫਾਈ ਸਹੀ ਟਾਈਮ 'ਤੇ ਸਹੀ ਤਰੀਕੇ ਦੇ ਨਾਲ ਕੀਤੀ ਹੁੰਦੀ ਤਾਂ ਇਹ ਸੂਆ ਕਦੇ ਵੀ ਨਾ ਟੁੱਟਦਾ। ਹਾਲਾਂਕਿ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਕਾਗਜ਼ਾਂ ਦੇ ਵਿੱਚ ਸਫਾਈ ਜ਼ਰੂਰ ਹੋ ਜਾਂਦੀ ਹੈ ਪਰ ਜ਼ਮੀਨੀ ਤੌਰ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ 21% ਸਫਾਈ ਨਹੀਂ ਹੁੰਦੀ, ਜਿਸ ਦਾ ਖਾਮਿਆਜ਼ਾ ਆਏ ਸਾਲ ਕਿਸਾਨਾਂ ਨੂੰ ਆਪਣੀ ਫਸਲ ਬਰਬਾਦ ਹੋਣ ਦੇ ਨਾਲ ਚੁਕਾਉਣਾ ਪੈਂਦਾ ਹੈ। ਤਾਂ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਕਿਸਾਨਾਂ ਦੀ ਫਸਲ ਦੇ ਵਿੱਚ ਪਾਣੀ ਭਰ ਗਿਆ, ਅਚਾਨਕ ਹੀ ਸੂਆ ਟੁੱਟ ਜਾਂਦਾ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ 11 ਏਕੜ ਦੇ ਲਈ ਬੀਜੀ ਪਨੀਰੀ ਸਾਰੀ ਹੀ ਤਬਾਹ ਹੋ ਗਈ ਹੈ। ਅਤੇ ਦੂਜੇ ਪਾਸੇ ਹੁਣ ਕਿਸਾਨਾਂ ਦੇ ਵੱਲੋਂ ਵਿਭਾਗ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ। ਤਾਂ ਖਬਰ ਜਲਾਲਾਬਾਦ ਤੋਂ ਸਾਹਮਣੇ ਆਈ ਹੈ। ਹਾਲਾਂਕਿ ਆਲਮ ਇਹ ਰਿਹਾ ਕਿ ਜਦੋਂ ਇਹ ਸੂਆ ਟੁੱਟਦਾ ਉਸ ਸਮੇਂ ਮੌਕੇ ਦੇ ਉੱਤੇ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਦਾ, ਕਿਸਾਨਾਂ ਦੇ ਵੱਲੋਂ ਖੁਦ ਹੀ ਇਸ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰਾਂ ਤੋਂ ਖੁਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋ ਵਿਭਾਗ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਕਿੰਨੇ ਕੁ ਸਹੀ ਤਰੀਕੇ ਦੇ ਨਾਲ ਕੀਤੀ ਗਈ ਹੈ। ਅਤੇ ਕਿਸਾਨਾਂ ਨੂੰ ਹੁਣ ਆਪਣੀ ਫਸਲ ਖਰਾਬ ਹੋਣ ਦਾ ਡਰ ਸਤਾਉਣ ਲੱਗਿਆ, ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ 11 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ, ਪਰ ਇਸ ਤੋਂ ਪਹਿਲਾਂ ਪਨੀਰੀ ਦਾ ਖਰਾਬ ਹੋ ਜਾਣਾ ਕਿਸਾਨਾਂ ਦੇ ਲਈ ਵੱਡਾ ਘਾਟਾ ਜ਼ਰੂਰ ਹੈ। ਇਹ ਦੇਖੋ ਜੀ, ਇਹ ਨਹਿਰ ਦੇ ਵਿੱਚ ਬਗੈਰ ਸਫਾਈ ਕੀਤੇ ਪਾਣੀ ਛੱਡਿਆ ਗਿਆ, ਉਹ ਪੁੱਲ ਦੀਆਂ ਪਾਈਪਾਂ ਨੀਵੀਆਂ ਨੇ, ਉਹਦੇ ਵਿੱਚ ਸਾਰਾ ਗੰਦ ਅੜ ਗਿਆ, ਜਿਸ ਕਾਰਨ ਇੱਥੋਂ ਨਹਿਰ ਟੁੱਟ ਗਈ ਹੈ। ਸਾਡੀ 10 ਕਿੱਲਿਆਂ ਦੀ ਪਨੀਰੀ ਲੱਗੀ ਹੋਈ ਸੀ, ਸਾਰੀ ਡੁੱਬ ਗਈ। ਤੁਸੀਂ ਦਿਖਾਓ ਵਿੱਚ ਕਿੱਥੋਂ ਤੱਕ ਪਾਣੀ ਭਰਿਆ ਪਿਆ ਸਾਰਾ ਵਿੱਚ, ਇਹ ਬਗੈਰ ਸਫਾਈ ਕੀਤੇ ਹੋਏ ਪਾਣੀ ਛੱਡਿਆ, ਜਿਹਦੇ ਨਾਲ ਇਹ ਦਾਬ ਪਿਆ ਅਤੇ ਇੱਥੋਂ ਟੁੱਟ ਗਈ ਹੈ ਜੀ। ਇਹ ਸਰਕਾਰ ਦੀ ਜਿਹਨਾਂ ਨੇ ਸਫਾਈ ਕਰਾਉਣੀ ਹੁੰਦੀ ਹੈ ਜੀ, ਹੋਰ ਕਿੰਨਾਂ ਦੀ। ਅਸੀਂ ਤਾਂ ਕੀ ਚਾਹੁੰਦੇ, ਅਸੀਂ ਉਹਨਾਂ ਦੇ ਬੰਦੇ ਲਾ ਕੇ ਇਹਨੂੰ ਕਰ ਰਹੇ ਹਾਂ, ਠੀਕ ਕਰ ਰਹੇ ਹਾਂ, ਵੀ ਜੇ ਸਰਕਾਰ ਨੇ ਪਾਣੀ ਛੱਡਣਾ ਹੁੰਦਾ ਤਾਂ ਸਫਾਈ ਤਾਂ ਕਰਵਾਈ ਜਾਵੇ ਨਹਿਰ ਦੀ। ਤੁਸੀਂ ਦਿਖਾਓ ਕਿੰਨਾ ਗੰਦ ਉੱਥੇ ਇਕੱਠਾ ਹੋਇਆ ਪਿਆ ਅੱਗੇ ਪੁੱਲ ਦੇ ਥੱਲੇ। ਦੇਖੋ ਜੀ, ਇਸ ਤਰ੍ਹਾਂ ਪੰਜਾਬ ਸਰਕਾਰ ਉੱਪਰੋਂ ਹੁਕਮ ਕਰਦੀ ਹੈ, ਜਿਹੜੀ ਥੱਲੇ ਵਾਲੀ ਅਫਸਰਸ਼ਾਹੀ ਹੈ ਉਹ ਉਹਨਾਂ ਨੂੰ ਸਿਰਫ ਹੁਕਮਾਂ ਨੂੰ ਕਾਗਜ਼ਾਂ ਦੇ ਵਿੱਚ ਹੀ ਲਾਗੂ ਕਰਦੀ ਹੈ, ਸਰਕਾਰ ਦੀ ਕੋਈ ਪਰਵਾਹ ਨਹੀਂ ਕਰਦੀ। ਇਹੀ ਕਾਰਨ ਹੈ ਕਿ ਸਰਕਾਰ ਦੇ ਹੁਕਮਾਂ ਦਾ ਕੋਈ ਉਹਨਾਂ ਚਿਰ ਦਿੱਤਿਆਂ ਦਾ ਕੋਈ ਤੁੱਕ ਨਹੀਂ ਬਣਦਾ ਜਿੰਨਾ ਚਿਰ ਜਿਹੜੀ ਅਫਸਰਸ਼ਾਹੀ ਉਹਨੂੰ ਮਨਜ਼ੂਰ ਨਹੀਂ ਕਰਦੀ। ਦੇਖੋ ਕਿ ਨਹਿਰਾਂ ਦੀ ਸਫਾਈ ਨਹੀਂ ਹੁੰਦੀ, ਸਰਕਾਰ ਨੇ ਉੱਪਰੋਂ ਫੰਡ ਦੇ ਤੇ ਠੇਕੇ ਚੜ੍ਹਾ ਤੇ, ਠੇਕੇਦਾਰ ਆਇਆ ਉਹਨੇ ਵੇਖਿਆ ਕੀਤੀ ਕਿ ਨਹੀਂ ਕੀਤੀ, ਕੋਈ ਅਧਿਕਾਰੀ ਆ ਕੇ ਪਿੱਛੇ ਗੇੜਾ ਹੀ ਨਹੀਂ ਮਾਰਦਾ। ਜੇ ਅਸੀਂ ਰੌਲਾ ਰੂਲਾ ਪਾਉਂਦੇ ਹਾਂ, ਅਸੀਂ ਕਹਿੰਦੇ ਵੀ ਹਾਂ ਲੋਕ ਕਿ ਉਹਦੇ ਵੱਲ ਸੁਣਿਆ ਨਹੀਂ ਜਾਂਦਾ। ਜੇ ਥੱਲੋਂ ਜੇਈ ਲੇਖ ਵੀ ਦਿੰਦਾ ਤਾਂ SDO ਗੌਰ ਨਹੀਂ ਕਰਦਾ, SDO ਨੇ ਗੌਰ ਕੀਤੀ ਤਾਂ ਉੱਪਰ SDO ਨੇ ਕਾਰਵਾਈ ਕਰਤੀ ਤਾਂ ਐਕਸੀ ਨਹੀਂ ਕਾਰਵਾਈ ਕਰਦਾ, ਐਕਸੀ ਨੇ ਕਰਤੀ ਤਾਂ ਐਸੀ ਨੇ ਨਹੀਂ ਕਰਨੀ। ਇਹ ਸਿਰਫ ਜਿਹੜੇ ਕਾਰਵਾਈ ਕਰੀ ਦੀ ਆ ਉਹ ਕਾਗਜ਼ਾਂ ਦੀ ਧੂੜ ਹੀ ਛਾਣਦੀ ਰਹਿੰਦੀ ਆ, ਫਾਈਲਾਂ ਦੇ ਵਿੱਚ ਹੀ ਪਈ ਰਹਿ ਜਾਂਦੀਆਂ ਕਾਰਵਾਈਆਂ, ਕੋਈ ਕਾਰਵਾਈ ਨਹੀਂ। ਆਹ ਜਿਹੜੀ ਨਹਿਰ ਆ ਫੈਜਵਾ, ਇਹ ਹਰ ਸਾਲ ਇੱਥੋਂ ਟੁੱਟਦੀ ਹੈ। ਕਾਰਨ ਕੀ ਹੈ, ਇਹਦੇ 'ਚ ਗੰਦਾ ਪਾਣੀ ਪੈਂਦਾ। ਇਹ ਸਿਰਫ ਨੇੜੇ ਨਿਕਲਦੀ ਆ, ਬੂਰ ਵਾਲਾ ਪਿੰਡ ਹੈ ਉੱਥੋਂ ਹੀ ਨਿਕਲਦੀ ਆ, ਨਿਜ਼ਾਮਵਾ ਨਹਿਰ ਦੇ ਵਿੱਚੋਂ ਨਿਕਲਦੀ ਆ ਫੈਜਵਾ ਨਹਿਰ। ਜਿੰਨੀਆਂ ਰਸਤੇ ਦੇ ਵਿੱਚ ਢਾਣੀਆਂ, ਸਾਰਿਆਂ ਦਾ ਗੰਦਾ ਪਾਣੀ, ਸਿਵਰੇਜ ਵਾਲਾ, ਫਲੱਸ਼ਾਂ ਵਾਲਾ ਪਾਣੀ ਇਸ ਨਹਿਰ ਨੂੰ ਪੈਂਦਾ। ਫਿਰ ਜਦੋਂ ਗਾਂਹ ਸਾਨ ਵਾਲਾ ਪਿੰਡ ਆ ਜਾਂਦਾ, ਪਿੱਛੇ ਚੱਕ ਕਾਠਗੜ੍ਹ ਸਾਨ ਵਾਲਾ, ਉਹਦਾ ਜਿਹੜਾ ਪਿੰਡ ਦਾ ਪਾਣੀ ਹੈ ਉਹਦਾ ਸਿਵਰੇਜ ਵਾਲਾ ਛੱਪੜ ਬਿਲਕੁਲ ਨਹਿਰ ਦੇ ਨਾਲ ਬਣਿਆ ਹੋਇਆ, ਤੁਸੀਂ ਮੌਕਾ ਜਾ ਕੇ ਵੇਖੋ। ਅਤੇ ਉਹਦੇ ਉੱਪਰ ਹੀ ਮੋਟਰ ਰੱਖੀ ਹੋਈ ਹੈ ਨਹਿਰ ਦੇ ਉੱਪਰ, ਜਿਹੜਾ ਕਿ ਲਗਾਤਾਰ ਗੰਦਾ ਪਾਣੀ ਸੀਵਰੇਜ ਦਾ ਨਹਿਰ ਨੂੰ ਪਾਇਆ ਜਾਂਦਾ। ਅਤੇ ਜਦੋਂ ਇਹਦਾ ਠੇਕਾ ਦਿੱਤਾ ਜਾਂਦਾ ਵਾ ਸਫਾਈ ਦਾ, ਤਾਂ ਕੋਈ ਵੀ ਠੇਕੇ ਦਾ ਠੇਕਾ ਲੈਂਦਾ, ਕੋਈ ਲੇਬਰ ਵਾਲਾ ਵਿੱਚ ਨਹੀਂ ਵੜਦਾ, ਕਿਉਂਕਿ ਗੰਦਾ ਪਾਣੀ ਹੁੰਦਾ, ਫਲੱਸ਼ਾਂ ਵਾਲਾ ਪਾਣੀ ਹੁੰਦਾ, ਕੋਈ ਵੀ ਉਸ ਪਾਣੀ ਦੇ ਵਿੱਚ ਵੜ ਕੇ ਖੁਸ਼ ਨਹੀਂ ਹੁੰਦਾ। ਅਤੇ ਸਰਕਾਰ ਤੋਂ ਪੈਸੇ ਲੈ ਲੈਂਦੇ ਆ ਠੇਕੇਦਾਰ, ਬਈ ਸਫਾਈ ਕਰਤੀ, ਅਤੇ ਜਿਹੜੇ JEE SDO ਵੀ ਲਿਖ ਦਿੰਦੇ ਆ ਨਹਿਰ ਦੀ ਸਫਾਈ ਹੋ ਗਈ ਹੈ,
ਪਰ ਕਾਗਜ਼ਾਂ 'ਚ ਸਫਾਈ ਹੁੰਦੀ ਹੈ, ਗਰਾਊਂਡ ਲੈਵਲ 'ਤੇ ਕੁਛ ਨਹੀਂ ਹੁੰਦਾ। ਅਸੀਂ ਬਹੁਤ ਵਾਰ ਸ਼ਿਕਾਇਤਾਂ ਕੀਤੀਆਂ, ਬਹੁਤ ਵਾਰ ਲਿਖ ਲਿਖ ਕੇ ਦਿੱਤਾ ਵਾ, ਨਾ ਕਦੇ ਉਸ ਪੰਚਾਇਤ ਜਿਹੜੀ ਪੰਚਾਇਤ ਆ ਸਾਨ ਵਾਲੇ ਦੀ ਉਹਦੇ 'ਤੇ ਕਾਰਵਾਈ ਹੋਈ ਆ, ਨਾ ਹੀ ਕੋਈ ਢਾਣੀਆਂ ਵਾਲੇ ਹੋਰ ਪਿੰਡਾਂ ਵਾਲੇ 'ਚ ਗੰਦਾ ਪਾਣੀ ਪਾਉਂਦੇ ਆ, ਉਹਨਾਂ 'ਤੇ ਵੀ ਮਹਿਕਮਾ ਕੋਈ ਕਾਰਵਾਈ ਨਹੀਂ ਕਰਦਾ। ਅਸੀਂ ਉਹਨਾਂ ਨੂੰ ਬਹੁਤ ਵਾਰ ਕਿਹਾ ਕਿ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ, ਉਹ ਪਾਣੀ ਬੰਦ ਕਰਾਇਆ ਜਾਵੇ। ਹੁਣ ਤੁਸੀਂ ਜਾਓਗੇ ਮੌਕੇ 'ਤੇ ਮੋਟਰ ਪਈ ਹੈ, ਉਹ ਸਫਾਈ ਨਾ ਹੋਣ ਕਾਰਨ ਅਸੀਂ ਕੱਲ੍ਹ ਵੀ ਇਹ ਮੰਗ ਚੱਕੀ ਸੀ ਅਤੇ ਅੱਜ ਅਖਬਾਰਾਂ 'ਚ ਖਬਰਾਂ ਵੀ ਲੱਗੀਆਂ ਹੋਈਆਂ ਕਿ ਪਹਿਲਾਂ ਨਹਿਰਾਂ ਦੀ ਸਫਾਈ ਕਰਾਈ ਜਾਵੇ, ਫਿਰ ਪਾਣੀ ਛੱਡਿਆ ਜਾਵੇ, ਹਲੇ 4 ਦਿਨ ਪਾਣੀ ਦੀ ਲੋੜ ਨਹੀਂ ਹੈ, ਸਫਾਈ ਕਰਾਈ ਲਿਆ ਜਾਵੇ। ਤੁਸੀਂ ਉਹ ਜਾ ਕੇ ਪੁਲ ਦੇਖੋਗੇ, ਪੁਲ ਬਿਲਕੁਲ ਮਿੱਟੀ ਨਾਲ ਬੰਦ ਹੋਇਆ ਪਿਆ, ਫਿਰ ਕੋਈ ਮੁਲਾਜ਼ਮ ਨਹੀਂ ਹੈ, ਸਿਰਫ JESDO ਹੈਗੇ ਆ, ਕੋਈ ਬੇਲਦਾਰ ਨਹੀਂ ਹੈਗੇ ਨਹਿਰਾਂ 'ਤੇ, ਬੇਲਦਾਰਾਂ ਦੀ ਬੜੀ ਕਮੀ ਹੈ। ਸਰਕਾਰ ਨੂੰ ਚਾਹੀਦਾ ਕਿ ਨਵੇਂ ਬੇਲਦਾਰ ਭਰਤੀ ਕੀਤੇ ਜਾਣ, ਮੁਲਾਜ਼ਮ ਭਰਤੀ ਕੀਤੇ ਜਾਣ ਜਿਹੜੇ ਇਹਨਾਂ ਨੂੰ ਦੇਖ ਸਕਣ। ਇਹ ਸਾਰੀ ਸਰਕਾਰ ਦੀ ਤਾਂ ਨਾਕਾਮੀ ਹੈ ਹੀ ਹੈ, ਪਰ ਜਿਹੜੀ ਅਫਸਰਸ਼ਾਹੀ ਆ ਉਸ ਦੀ ਵੱਧ ਨਾਕਾਮੀ ਹੈ, ਕਿਉਂਕਿ ਅਫਸਰਸ਼ਾਹੀ ਆ ਸਿਰਫ ਏਸੀਆਂ 'ਚ ਬਹਿੰਦੀ ਹੈ, ਏਸੀਆਂ 'ਚ ਬਹਿ ਕੇ ਹੁਕਮ ਕਰ ਦਿੰਦੀ ਹੈ ਉਸ ਨੂੰ, ਜਿਹੜੇ ਉੱਪਰਲੇ ਮੁਲਾਜ਼ਮ ਤੋਂ ਲੈ ਕੇ ਥੱਲੇ ਵਾਲਾ ਮੁਲਾਜ਼ਮ ਕੋਈ ਵੀ ਉਹਨੂੰ ਇੰਪਲੀਮੈਂਟ ਨਹੀਂ ਕਰਦਾ, ਗਰਾਊਂਡ ਲੈਵਲ 'ਤੇ ਆ ਕੇ ਕੰਮ ਨਹੀਂ ਕਰਾਇਆ ਜਾਂਦਾ।